ਉਹ ਸੁਣਿਓ ਮਾਪਿਆਂ ਦੀ ਗੱਲ ਆਈ ਹੈ ਤੇ ਮੈਂ ਕਹਿਣ ਤੋਂ ਬਗੈਰ ਰਹਿ ਨਹੀਂ ਸਕਦਾ। ਉਹ ਮੇਰੇ ਜਵਾਨ ਵੀਰੋ ਆਪਣੀਆਂ ਮਾਵਾਂ ਤੇ ਬਾਪ ਨੂੰ ਗਾਲਾਂ ਨਾ ਕੱਢਿਆ ਕਰੋ ਮੇਰੇ ਜਵਾਨੋ, ਉਹਨਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਦੀਆਂ ਮਾਵਾਂ ਦੁਨੀਆਂ ਤੋਂ ਟੁਰ ਗਈਆਂ। ਹਾਏ ਹਾਏ ਨੁੱਕਰਾਂ ਵਿੱਚ ਸਿਰ ਦਿੰਦੇ ਦਿੰਦੇ ਰੋਂਦੇ ਨਹੀਂ ਜੇ ਥੱਕਦੇ। ਆ ਮੇਰੇ ਬੁੱਢੇ ਬੁੱਢੇ ਬਾਬੇ ਵੀ ਮੈਨੂੰ ਨਜ਼ਰ ਆਉਂਦੇ ਪਏ ਨੇ। ਮੈਂ ਪੁੱਛਣਾ ਚਾਹੁੰਦਾ ਵਾਂ ਬਾਬਾ ਜੀ ਕਦੀ ਫੌਤ ਹੋਣ ਵਾਲਾ ਅੱਬੂ ਵੀ ਯਾਦ ਆਇਆ ਕਿ ਨਹੀਂ ਆਇਆ? ਅੱਗੋਂ ਰੋ ਕੇ ਕਹਿੰਦਾ ਮੌਲਾਨਾ ਕਿਵੇਂ ਦੀ ਗੱਲ ਕੀਤੀ ਜੇ, ਕਿਹੜਾ ਬੰਦਾ ਜਿਹਨੂੰ ਆਪਣੇ ਮੋਏ ਮਾਪੇ ਯਾਦ ਨਹੀਂ ਆਉਂਦੇ? ਹਾਏ ਹਾਏ ਕਹਿੰਦਾ ਪੋਤਰਿਆਂ ਦੋਤਰਿਆਂ ਵਾਲਾ ਵਾਂ ਮਾਂ ਨਾਲੋਂ ਵੀ ਜ਼ਿਆਦਾ ਉਮਰ ਹੋ ਗਈ ਹੈ। ਮਾਂ ਬਾਪ ਨੂੰ ਫੌਤ ਹੋਇਆ 20-20 ਤੇ 30-30 ਤੇ 40-40 ਸਾਲ ਦਾਰ ਸਾ ਦੁਨੀਆਂ ਤੋਂ ਗੁਜ਼ਰ ਗਿਆ ਹੈ। ਇਹ ਬੁੱਢਾ ਬਾਬਾ ਸਫੇਦ ਦਾੜੀ ਹੋ ਗਈ ਹੈ। ਹਾਏ ਹਾਏ ਉਹ ਸੁਣਿਓ ਮਾਂ ਬਾਪ ਨੂੰ ਸਦੀ ਅੱਧੀ ਗੁਜ਼ਰ ਗਈ ਹੈ। ਜਿਨ੍ਹਾਂ ਦੀ ਦੁਨੀਆਂ ਤੋਂ ਮਾਂ ਬਾਪ ਦੁਨੀਆਂ ਤੋਂ ਚਲੇ ਗਏ ਅੱਜ ਮਾਪਿਆਂ ਦੀ ਕਬਰ 'ਤੇ ਪਹੁੰਚੇ ਆ, ਮਾਂ ਦੀ ਕਬਰ 'ਤੇ ਬੈਠਾ, ਬਾਪ ਦੀ ਕਬਰ 'ਤੇ ਬੈਠਾ ਹੈ। ਆਪਣੇ ਤਸੱਬਰ ਨਾਲ ਆਪਣੇ ਮਾਪਿਆਂ ਦੀਆਂ ਕਬਰਾਂ ਨੂੰ ਮੁਖਾਤਬ ਹੁੰਦਾ ਹੀ ਕਹਿੰਦਾ ਨੀ ਅੰਮਾ ਮੇਰੀ ਉੱਠ ਕੇ ਵੇਖ ਤੇ ਸਹੀ ਨਾ, ਜਦੋਂ ਮੇਰੇ ਕੋਲ ਪੈਸੇ ਆਏ ਤੇ ਤੂੰ ਦੁਨੀਆਂ ਛੱਡ ਕੇ ਚਲੀ ਗਈ। ਅੱਗੋਂ ਜਦੋਂ ਮੇਰੇ ਕੋਲ ਮਾਲ ਆਇਆ ਤੇ ਤੂੰ ਦੁਨੀਆਂ ਛੱਡ ਕੇ ਚਲਾ ਗਿਆ। ਸੋਹਣਿਓ ਰੋਂਦੀਆਂ ਅੱਖਾਂ ਰਹਿ ਜਾਂਦੀਆਂ ਨੇ ਪਰ ਮੋਈਆਂ ਮਾਵਾਂ ਕਦੋਂ ਆਉਂਦੀਆਂ ਨੇ? ਓਏ ਸੋਹਣਿਓ ਰੋਂਦੀਆਂ ਅੱਖਾਂ ਰਹਿ ਜਾਂਦੀਆਂ ਨੇ ਪਰ ਮੋਏ ਬਾਪ ਕਦੋਂ ਆਉਂਦੇ ਨੇ? ਅੱਖਾਂ ਬਰਸਦੀਆਂ ਨੇ ਤੇ ਬਰਸਦੀਆਂ ਰਹਿ ਜਾਣ, ਮੋਏ ਭਰਾ ਭਲਾ ਕਬਰਾਂ ਵਿੱਚ ਉੱਠ ਕੇ ਕਦੋਂ ਆਉਂਦੇ ਜੇ? ਹਾਏ ਹਾਏ ਅੱਖਾਂ ਬਰਸਦੀਆਂ ਨੇ ਤੇ ਬਰਸਦੀਆਂ ਰਹਿ ਜਾਣ, ਫੌਤ ਹੋਣ ਵਾਲੇ ਭਲਾ ਖੁਸ਼ੀ ਦੇ ਮੌਕੇ ਤੇ ਕਦੋਂ ਆਉਂਦੇ ਜੇ? ਲੱਭ ਆਲਾ ਮੈਂ ਪਿਆਰ ਮੁਹੱਬਤ ਨਾਲੇ ਜੁਦਾ ਵਧੀ ਦੀ ਹੈ। ਉਹ ਲੋਕੋ ਲੋਮ ਲੋ ਮਾਂ ਜਈ ਜੱਗ ਦੇ ਵਿੱਚ ਬਹਾਰ ਕੋਈ ਨਾ, ਲੋਕੋ ਮਾਂ ਦੇ ਪਿਆਰ ਜੇ ਆ ਕਿਸੇ ਦਾ ਪਿਆਰ ਕੋਈ ਨਾ। ਉਹ ਵਿਹੜੇ ਲੋਕੋ ਘਰਾਂ ਦੇ ਮਾਵਾਂ ਨਾਲ ਸੱਜਦੇ, ਵਿਹੜੇ ਲੋਕੋ ਘਰਾਂ ਦੇ ਮਾਵਾਂ ਨਾਲ ਸੱਜਦੇ, ਮਾਵਾਂ ਤੋਂ ਬਗੈਰ ਘਰ ਖਾਲੀ ਖਾਲੀ ਲੱਗਦੇ, ਮਾਵਾਂ ਤੋਂ ਬਗੈਰ ਘਰ ਖਾਲੀ ਖਾਲੀ ਲੱਗਦੇ। ਹਾਏ ਉਹ ਮਾਂ ਨਾਲੋਂ ਵੱਧ ਮਿੱਠਾ ਮਨ ਠਾਰ ਕੋਈ ਨਾ, ਲੋਕੋ ਮਾਂ ਦੇ ਪਿਆਰ ਜੇ ਆ ਕਿਸੇ ਦਾ ਪਿਆਰ ਕੋਈ ਨਾ। ਦੁਆ ਕਰੋ ਅੱਲਾ ਜਿਨ੍ਹਾਂ ਦੇ ਮਾਪੇ ਫੌਤ ਹੋ ਗਏ ਨੇ ਅੱਲਾ ਉਹਨਾਂ ਦੀਆਂ ਕਬਰਾਂ ਮੁਨੱਵਰ ਫਰਮਾਏ। ਦੁੱਖ ਦੁਨੀਆਂ ਦੇ ਘੇਰਾ ਲੈਂਦੇ ਪਾ ਮਾਵਾਂ ਜਦੋਂ ਮਰ ਜਾਂਦੀਆਂ, ਦੁੱਖ ਦੁਨੀਆਂ ਦੇ ਘੇਰਾ ਲੈਂਦੇ ਪਾ ਮਾਵਾਂ ਜਦੋਂ ਮਰ ਜਾਂਦੀਆਂ, ਕੋਈ ਕਹਿੰਦਾ ਨਹੀਂ ਪੁੱਤ ਕਰ ਆ ਮਾਵਾਂ ਜਦੋਂ ਮਰ ਜਾਂਦੀਆਂ, ਉਹ ਆਪਣੀਆਂ ਮਾਵਾਂ ਵਾਲੀ ਠੰਡ ਕੌਣ ਪਾਉਂਦਾ ਏ, ਮੂੰਹ ਮੱਥਾ ਚੁੰਮ ਕੇ ਸੀਨੇ ਕੌਣ ਲੰਮਦਾ ਏ, ਮੂੰਹ ਮੱਥਾ ਚੁੰਮ ਕੇ ਸੀਨੇ ਕੌਣ ਲੰਮਦਾ ਏ, ਉਹ ਕੌਣ ਮੰਗਦਾ ਈ ਮਗਰੋਂ ਦੁਆ ਮਾਵਾਂ ਜਦੋਂ ਮਰ ਜਾਂਦੀਆਂ, ਉਹ ਕੌਣ ਮੰਗਦਾ ਈ ਮਗਰੋਂ ਦੁਆ ਮਾਵਾਂ ਜਦੋਂ ਮਰ ਜਾਂਦੀਆਂ, ਕੋਈ ਕਹਿੰਦਾ ਨਹੀਂ ਪੁੱਤ ਕਰ ਆ ਮਾਵਾਂ ਜਦੋਂ ਮਰ ਜਾਂਦੀਆਂ। ਉਹ ਦੁਆ ਕਰੋ ਅੱਲਾ ਜਿਨ੍ਹਾਂ ਦੇ ਮਾਪੇ ਫੌਤ ਹੋ ਗਏ ਨੇ ਅੱਲਾ ਉਹਨਾਂ ਦੀਆਂ ਕਬਰਾਂ ਮੁਨੱਵਰ ਫਰਮਾਏ। ਮੈਂ ਤੇ ਅੱਗੇ ਵੀ ਗੱਲ ਕੀਤੀ ਹੈ ਤੇ ਕਰਕੇ ਜਾਵਾਂਗਾ, ਵੱਧ ਮਾਂ ਦੇ ਪਿਆਰ ਨਾਲ ਕਿਸੇ ਦਾ ਪਿਆਰ ਨਹੀਂ, ਲੋਕੋ ਮਾਂ ਜੈਸਾ ਦੁਨੀਆ ਤੇ ਕੋਈ ਗਮ ਖਾਰ ਨਹੀਂ। ਉਹ ਮਾਂ ਇੱਕ ਐਸੀ ਹੈ ਅਜ਼ੀਮ ਹਸਤੀ, ਲੱਗੇ ਮਾਵਾਂ ਬਾਜ ਆਪਣੀ ਬੇਗਾਨੀ ਬਸਦੀ, ਉਹ ਲੱਭ ਜਾਏ ਮਾਂ ਜਿੱਥੋਂ ਐਸਾ ਕੋਈ ਬਾਜ਼ਾਰ ਨਹੀਂ। ਉਹ ਮੈਂ ਮੰਨਣਾ ਵਾ ਤੈਨੂੰ ਅੱਲਾ ਨੇ ਦੌਲਤਾਂ ਕਰੋੜਪਤੀ ਬਣਾਇਆ ਹੋਏ, ਉਹ ਪੈਸੇ ਦੇ ਕੇ
बीवी भी तो लभ जाती है पर मां के मापे किसे बाजार विचों नहीं लभदे सुने आ। रात 12-11 बजे तक घर के अंदर आन दें शड्यूल ते वक्त है। इधरों बीवी जनाबे का खाना लैके बैठी है, इधरों बीवी एक घंटा इंतजार किया, 2 घंटे इंतजार किया, नहीं आया बीवी आपे खाना खा के बिस्तर ते जा पई। हाय हाय सुने वो इधरों बीवी का इंतजार मुक गया, उधरों बुढ़ी दी मां का इंतजार शुरू हो गया। इधरों बीवी बिस्तर ते जा पई ते मां ने मुसल्ला डाके अदल कुर्सियां पढ़निया शुरू कर दिया। अल्लाह खैरा गोवण मेरा पुत्र हले तक घर के अंदर नहीं आया। अल्लाह शाला मेरे पुत्र कुछ ना होवे, अल्लाह मेरे पुत्र कोई मुसीबत परेशानी ना खाए। बेटा भी परे बार 12-1-2 बजे रात घर के अंदर आया, मां पई ते कुंडा खोलिया ते जनाब इन्हें नहीं देखिया, सारी रात गुजर गई है, मेरी मां मेरे इंतजार के अंदर बैठी रही है। इन्हें जनाब अजीब बंदे ने पिछा मुड़ के अपनी मां वल वेख्या भी कोई नहीं, ये सीधा बीवी के कमरे अंदर जाता पिया है। वो उठदियां नाल को अपनियां गल्लां सुणांदी है, इन्नी देर किथे ला के आ गया जे, वो अपनियां झिड़कां भी उहदियां बर्दाश्त करता है ते गल्लां भी इधर बर्दाश्त करता है। इधरों जनाब माई मां नूं माड़ी अखां विच अंजू लै के कहिंदी है, अल्लाह कोई गल नहीं, मेरे नाल बोलता ते नहीं पर मैनूं दिसदा ते रहिंदा है। अल्लाह की होया, मेरे नाल बोलता ते नहीं पर मैनूं दिसदा ते रहिंदा ही। ए नी मापे मापे ओए सोहणिया, ओए सोहणिया मापे कमापे नहीं हुंदे, पुत कपुत बन जांदे ने। इसे वास्ते मैं पैगामे मुहब्बत दवां ते गल खत्म करां।